ਦਾਸ ਨੇ ਜਿਹੜੀ ਅਰਜੋਈ ਕਰਨੀ ਉਹਨੂੰ ਅਰਦਾਸ ਕਹਿੰਦੇ ਨੇ। ਅਰਜ਼ ਕਰਨੀ ਹੈ, ਕੁਛ ਜੀ ਮੰਗਣਾ, ਕੁਛ ਕਿਰਪਾ ਦ੍ਰਿਸ਼ਟੀ ਦੀ ਕਰਨੀ ਹੈ, ਉਹਦੀ ਇੱਕੋ ਹੀ ਹੈ। ਫਿਰ ਉੱਥੇ ਨਹੀਂ ਜਾਂਦੀ ਜਾਂਦੀ ਅਰਦਾਸ। ਜਾਨੇ ਅਰਦਾਸ ਕੀਤੀ ਸੀ ਵੀ ਆਹ ਜਿਹੜਾ ਮੇਰਾ ਜਨਮ ਹੈ ਸਪਨਾ ਹੋ ਜਾਵੇ। ਜੇ ਉਹਨੇ ਅਰਦਾਸ ਕੀਤੀ ਇਮਾਨਦਾਰੀ ਨਾਲ, ਨਹੀਂ ਵਰਤੀ ਜਾਣੀ। ਇਮਾਨਦਾਰ ਨੂੰ ਜਨ ਕਹਿੰਦੇ ਨੇ, ਜਿਹਨੇ ਨਾ ਮੰਗਿਆ ਉਹਨੂੰ ਮਿਲਿਆ, ਪਰ ਹੁਣ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਸੱਚ ਸੰਤੋਖ ਤੇ ਬਿਨਾਂ ਪੈਣਾ ਨਹੀਂ। ਸੰਤੋਖ ਧਾਰਨ ਕਰਕੇ ਫਿਰ ਅਰਦਾਸ ਕਰੇ, ਸਤ ਸੰਤੋਖ ਦੇ ਵਿੱਚ ਅਰਦਾਸ ਹੋਵੇ, ਫਿਰ ਜਨ ਕੀ ਅਰਦਾਸ ਹੈ। ਸਤ ਸੰਤੋਖ ਜਿਹੜਾ ਆਦਮੀ ਕੋਲ ਹੈ ਉਹ ਜਨ ਹੈ। ਉਹ ਜੇ ਅਰਦਾਸ ਕਰੇ ਜਿਹੜੀ, ਉਹ ਵਰਤੀ ਨਹੀਂ ਜਾਂਦੀ। ਉਹ ਕਰਦਾ ਹੀ ਨਹੀਂ ਅਰਦਾਸ, ਤੂੰ ਹੀ ਕਿਉਂ ਕਰੂਗਾ? ਉਹ ਕਹੇ ਤੂੰ ਆਪ ਕਰ ਲੈ, ਮੈਂ ਕਾਹਦੇ ਕਰਾਂ। ਉਹ ਕਿਹੜਾ ਵੀ 2000-4000 ਰੁਪਈਏ ਦਾ ਲਾਲਚ ਅਰਦਾਸ ਕਰ ਦੂਗਾ, ਉਹਦੀ ਪੁੱਠੀ ਦੇ ਦਿਓ। ਪਹਿਲਾਂ ਤਾਂ ਕਰਾਉਣ ਵਾਲੇ ਦੇ ਅਰਦਾਸ ਵਾਲੇ ਦੀ ਤਹਿ ਲਾਊ ਉਹ, ਵੀ ਤੂੰ ਮੇਰੇ ਕੋਲ ਕਰਨਾ ਹੈ। ਤੂੰ ਹਰਾਮ ਖੋਰ ਚੋਰ, ਪਰ ਕੀ ਉਹ ਆਪਣੀ ਕਹਿਣ ਵਾਲਾ, ਉਹਦਾ ਬੋਲ ਜਾ, ਮੈਂ ਤੇਰੀ ਅਰਦਾਸ ਕਰਾਂ, ਫਿਰ ਉਹ ਦੇ ਦੇ ਆ ਦੇ ਦੇ। ਤੈਨੂੰ ਨੁਕਸਾਨ ਕਰਦਾ, ਤੇਰਾ ਸੁੱਖ ਰੋਕ ਮੰਗਦਾ ਹੈ, ਸਿੱਧਾ ਹੀ ਮੰਗ ਲੈ ਪਰਮੇਸ਼ਰ ਤੇ, ਮੈਨੂੰ ਬਚਾਲੇ ਕਿਉਂ ਨਾ। ਦੁੱਖ ਦਾਰੂ ਹੈ, ਸੁੱਖ ਰੋਗ ਹੈ, ਦਵਾਈ ਡੋਲ ਕੇ ਜਿਹੜੀ ਉਹਨੇ ਦਿੱਤੀ ਹੈ। ਤੂੰ ਮੈਨੂੰ ਕਹਿੰਦਾ ਮੈਨੂੰ ਆਹ ਸੁੱਖ ਦੇ ਦੇ, ਤਾਂ ਅਪਰਾਧੀ ਮੈਂ ਬਣ ਜਾ। ਸੰਤ ਐਂ ਕਦੇ ਨਹੀਂ ਕਹਿੰਦੇ ਇਹਨਾਂ ਨੂੰ, ਅਪਰਾਧੀ ਕਿਉਂ ਬਣਦੇ ਨੇ? ਉਹਨਾਂ ਨੂੰ ਪਤਾ ਵੀ ਸਾਡੇ ਕਿਸੇ 'ਤੇ ਕਿਹੜਾ ਕੋਈ ਮਿਲਣਾ, ਇਹ ਤੋਂ ਲਾਲੋ ਝਾੜ ਤੋਂ ਪੂਰੀ ਜਿਹੜਾ ਮਿਲਦਾ। ਗਲਤ ਆ ਹੈ, ਪਤਾ ਸਭ ਨੂੰ ਹੀ ਹੈ। ਸੰਤ ਨਹੀਂ ਅਰਦਾਸ ਕਰਦੇ ਹੁੰਦੇ, ਜੇ ਉਹਨਾਂ ਨੇ ਜ਼ਿਆਦਾ ਕੌੜਾ ਵੀ ਨਾ ਬੋਲਣਾ ਹੋਵੇ ਤਾਂ ਉਹ ਟਾਲਾ ਕਰ ਦਿੰਦੇ ਸੀ, ਟਾਲ ਦਿੰਦੇ ਨੇ ਗੱਲ ਨੂੰ, ਉਹ ਨਹੀਂ ਅਰਦਾਸ ਕਰਦੇ ਕਿਸੇ ਦੀ। ਉਹਨੂੰ ਕੀ ਲੋੜ ਕਰੇ, ਨਾਲੇ ਉਹਨੂੰ ਪਤਾ ਜਿਹੜੀ ਗੱਲ ਅਰਦਾਸ ਕਰਦੇ ਮਿਲਦਾ ਹੀ ਨਹੀਂ ਕੁਛ, ਜਿਹੜੀ ਉਹਦੇ ਘਰੇ ਨਹੀਂ ਚੀਜ਼, ਤਾਂ ਉਹ ਸੰਤ ਬੇਵਕੂਫ ਹੈ। ਫਿਰ ਜੇ ਅਰਦਾਸ ਕਰਦਾ, ਜਿਹੜੀ ਤੇਰੇ ਕੋਲੇ ਦੀ ਚੀਜ਼ ਮੈਂ ਤੈਨੂੰ ਕਹਿ ਨੂੰ ਦੇ ਦੇ, ਮੈਨੂੰ ਪਤਾ ਤੇਰੇ ਕੋਲ ਹੈ ਨਹੀਂ, ਵੀ ਮੂਰਖ ਤਾਂ ਮੈਂ ਅਰਦਾਸ ਕਰਨ ਵਾਲਾ। ਅਰਦਾਸ ਐਵੇਂ ਕਰ ਤੂੰ ਅੱਖਾਂ ਮੀਚ ਕੇ ਜਿਵੇਂ ਗੁਰਦੁਆਰੇ ਵਾਲੇ ਕਰੀ ਜਾਂਦੇ ਨੇ, ਕਿਵੇਂ ਕਰ ਤੂੰ ਅਰਦਾਸ? ਕੀ ਕਰਜ ਪਈ ਆ ਉਹਨੂੰ, ਕੀ ਲੈਣਾ ਕਿਸੇ ਦੇ? ਉਹਨੇ ਤਾਂ ਅਵਰ ਸੰਗ ਤੋੜੀ ਹੋਈ ਹੈ, ਅਰਦਾਸ ਕਰਾਉਣ ਵਾਲਿਆਂ ਨਾਲ ਤੋੜੀ ਹੋਈ ਹੈ, ਅਵਰ ਨੇ ਉਹ ਤੁਮ ਸੰਗ ਜੁੜੀ ਤਾਂ ਹੈ, ਅਵਰ ਸੰਗ ਤੋੜੀ ਹੋਈ ਹੈ। ਨਾ ਤੋੜੀ ਵਾਲਾ ਉਹਦੇ ਕੋਲ ਅਰਦਾਸ ਕਰਾਉਣ ਆਵੇ ਜੇ ਆ ਜਾਵੇ, ਨਾ ਉਹ ਕਰੇ। ਉਹ ਕਹਿੰਦਾ ਮੈਂ ਜਾਣਦਾ ਤੈਨੂੰ, ਤੂੰ ਤਾਂ ਸਵਾਰਥੀ ਹੈ, ਸਵਾਰਥ ਪੂਰਾ ਕਰਾਉਣ ਆ ਗਿਆ, ਇੱਥੇ ਨਹੀਂ ਸਵਾਰਥ ਪੂਰਾ ਹੁੰਦਾ। ਨਾਲੇ ਉਹ ਭਾਈ ਸਵਾਰਥ ਨਹੀਂ ਬਣਦਾ, ਆਦਾ ਸੁਪਾਸ਼ਾ ਕਹਿੰਦੇ ਜਾਂ ਇੱਦਾਂ ਸੁਪਾਸ, ਉਹ ਸਵਾਰਥ ਬਣਦਾ ਹੀ ਨਹੀਂ। ਜਦ ਤੂੰ ਆਪੇ ਕਰ ਲੈ ਅਰਦਾਸ, ਜੇ ਤੈਨੂੰ ਭਰੋਸਾ ਹੈ। ਮੇਰੇ ਕਹਿਤੇ ਤਾਂ ਜੇ ਮਿਲਣੀ ਤਾਂ ਵੀ ਨਹੀਂ ਮਿਲਣੀ, ਗੁੱਸਾ ਕਰ ਜਾਣਾ ਉਹਨੇ। ਮੈਂ ਕਦੇ ਨਹੀਂ ਕਹਿੰਦਾ ਅਰਦਾਸ ਕਰ, ਜੇ ਮਿਲਣੀ ਹੈ, ਜੇ ਮੈਂ ਕਹਿ ਤਾਂ ਚਿੱਠੀ ਦੇ ਦਿੱਤੀ, ਤੇਰਾ ਕੰਮ ਦਮ ਨਹੀਂ ਹੋਣਾ, ਲੈਣੀ ਚਿੱਠੀ ਲੈ ਜਾਓ। ਕਹਿੰਦਾ ਨਾ ਮੈਂ ਨਹੀਂ ਰੱਖ ਜਾਂਦਾ, ਤਾਂ ਮੈਂ ਉਹ ਕਹਿਤਾ ਵੀ ਜੇ ਉਹਨੇ ਕੰਮ ਕਰਨਾ ਮੇਰੀ ਚਿੱਠੀ ਦੇ ਕੇ, ਤਾਂ ਨਹੀਂ ਕਰਨਾ। ਹੁਣ ਤੈਨੂੰ ਤਾਂ ਇਹ ਸ਼ੱਕ ਹੋਊਗੀ ਵੀ ਮੈਂ ਜਾਣਾ, ਚਿੱਠੀ ਇਹਨੇ ਦੇ ਦੀ, ਉਹਨੇ ਫੋਨ ਕਰਨਾ ਵੀ ਇਹਦਾ ਕੰਮ ਨਾ ਕਰੀ, ਹੈਂ, ਚਾਹੇ ਫੋਨ ਦੇ ਕਰਕੇ ਕਹਿ ਦੇਵੇ ਵੀ ਇਹਦਾ ਨਾ ਕਰੀ। ਫਿਰ ਤੇਰੇ ਕੋਲੋਂ ਵੀ ਸੱਚਾ ਲੈ, ਤੈਨੂੰ ਤਾਂ ਮੈਂ ਪਹਿਲਾਂ ਕਿਹਾ ਸੀ ਮੇਰਾ ਕੰਮ ਕਰਨਾ ਨਹੀਂ। ਉਹ ਬੜਾ ਭੈੜਾ ਅਫਸਰ ਹੈ, ਨਹੀਂ ਕਰਦਾ ਮੇਰੇ ਕਿਸੇ ਦੇ ਕੰਮ, ਲੈ। ਇਹ ਤਾਂ ਇਹੋ ਜਿਹਾ ਨੇ ਮਨਿਸਟਰ, ਤੈਨੂੰ ਕੁਛ, ਮੈਨੂੰ ਕੁਛ, ਉਹਨੂੰ ਕੁਛ, ਉਹਨੂੰ ਕੁਛ, ਪਰ ਅਸੀਂ ਤਾਂ ਸੱਚ ਬੋਲਦੇ ਹਾਂ ਭਾਈ। ਨਹੀਂ ਮੰਨਦਾ ਉਹ ਸਿਫਾਰਸ, ਉਹਦੇ ਘਰ ਸਿਫਾਰਸ ਜੇ ਚੱਲਦੀ ਹੋਵੇ, ਇਹ ਸੰਤ ਤਾਂ ਅਪਰਾਧੀਆਂ ਨੂੰ ਸੱਚਖੰਡ ਲੈ ਵੜਨ, ਸਿਫਾਰਸ ਨਾ ਅਪਰਾਧੀ ਆਈ ਜੀ ਬਣਾਏ ਬੈਠੇ ਨੇ, ਅਪਰਾਧੀ ਸੁਪਰੀਮ ਕੋਰਟ ਦੇ ਜੱਜ ਬਣਾਏ ਬੈਠੇ ਨੇ, ਉੱਥੇ ਨਹੀਂ ਚੱਲਦਾ ਕੁਛ ਵੀ ਸਿਫਾਰਸ। ਸਿਫਾਰਸ ਜਿੱਥੇ ਸਿਫਾਰਸ ਚੱਲਦੀ ਹੈ, ਕਰਪਸ਼ਨ ਵੀ ਉੱਥੇ ਚੱਲਦੀ ਹੈ, ਸਾਰੇ ਉਗਣੀ ਉੱਥੇ ਨੇ ਜਿੱਥੇ ਸਿਫਾਰਸ ਚੱਲਦੀ ਹੈ। ਬਾਈ ਖਿੜਕੀ ਖੁੱਲ੍ਹ ਗਈ ਉਗਣ ਉਹਨੂੰ, ਭਾਈ ਆਲੇ ਦੁਆਲੇ ਆਪਣੇ 100-100 ਫੁੱਟ ਪਾਣੀ ਹੈ, ਆਪਣੀ ਕਿਸ਼ਤੀ ਚੱਲਦੀ ਹੈ ਸਮੁੰਦਰ ਦੇ ਵਿੱਚ, ਆਪਣੀ ਉਹ ਦੂਈ ਹੈ ਬੋਟ ਜਿਹੜੀ ਹੁੰਦੀ ਹੈ ਪਣਡੁੱਬੀ, ਇੱਕ ਥਾਂ ਉਹਦੇ ਗਲੀ ਪੈ ਜਾ, ਧੱਕੇ ਨਾਲ ਪਾਣੀ ਆਈ ਜਾਣਾ, ਕੱਢੋ ਕਿੱਧਰ ਨੂੰ।
ਕੱਢੋਗੇ ਤਾਂ ਸੋਪੜ ਵਿੱਚ ਹੈ ਪਾਣੀ, ਚਾਰੇ ਪਾਸੇ ਪਾਣੀ ਹੈ, ਜਿਹੜਾ ਪਾਣੀ ਵਿੱਚ ਬਹਿ ਗਿਆ ਦੱਸ ਕਿੱਥੇ ਕੱਢੋਗੇ, ਕੱਢ ਤਾਂ ਵਾਰ ਸਕਦੇ ਨਹੀਂ ਕਿਤੇ। ਇਹ ਤਾਂ ਇੰਨਾ ਵਿਸ਼ੇ ਹੋ ਗਿਆ ਨਾ, ਸਾਰੇ ਹੀ ਭਰ ਜਾਂਦੇ ਹੋਣ ਇਕਦਮ, ਕੱਢ ਕੇ ਕਿੱਥੇ ਸਿੱਟੋਗੇ, ਇਹਦਾ ਸੁਰਾਖ ਹੀ ਨਹੀਂ ਹੋਣ ਦੇਣਾ ਚਾਹੀਦਾ। ਬਸ ਪੱਥਰ ਦਾ ਬੰਨ ਟੁੱਟ ਗਿਆ ਫਿਰ ਚਿੱਕੜ ਨਾ ਖੜ ਜੂ ਉਹ। ਇਹ ਤਾਂ ਇੱਥੇ ਧਰਮ ਦਿਨੋਂ ਤਾਂ ਠਗੀ ਠੋਰੀ ਚੱਲਦੀ ਹੈ ਸਭ। ਆਪਾਂ ਗੁਰਬਾਣੀ ਨੂੰ ਵਿਚਾਰ ਕੇ ਇੱਕ ਪਾਸੇ ਰੱਖ ਕੇ ਜਾਂ ਵਿਚਾਰ ਦੇਣਾ, ਫਿਰ ਫਰਕ ਆਪਾਂ ਨੂੰ ਬੜਾ ਲੱਗਦਾ, ਅਸਲ 'ਚ ਪਤਾ ਲੱਗਦਾ ਵੀ ਕੀ ਫਰਕ ਹੈ। ਉਹ ਫਰਕ ਦਾ ਨਹੀਂ ਪਤਾ ਲੱਗਦਾ, ਕੋ ਪੈਮਾਨਾ ਲਿਆ ਕੇ ਪਤਾ ਲੱਗੂ ਨਾ, ਫੁੱਟਾ ਬਰਾਬਰ ਗਜ ਖੜਾ ਕਰਕੇ ਉਹ ਨਾਪ ਗੁਰਬਾਣੀ ਆਪਣੇ ਕੋਲ ਆ ਗਈ ਹੁਣ ਫੀਤਾ, ਜਾਂ ਇਹਦੇ ਨਾਲ ਨਾਪਦਾ ਫਿਰ ਫਰਕ ਦਾ ਪਤਾ ਲੱਗਦਾ ਵੀ ਕਿੰਨਾ ਫਰਕ ਹੈ। 180 ਡਿਗਰੀ ਖਿਲਾਫ ਹੈ ਜੋ ਸਭ ਕੁਛ, ਅੱਲਾ ਜੀ ਅਸੀਂ ਤਾਂ ਥੋੜ੍ਹਾ ਜਿਹਾ ਹੀ ਫਰਕ ਪਾਇਆ।